ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਦੋ ਮਹਿਮਾਨਾਂ ਨਾਲ ਜਿਹੜੇ ਕਿ ਸਰੀ ਕ੍ਰਾਈਮ ਪ੍ਰੀਵੈਂਸ਼ਨ ਸੁਸਾਇਟੀ ਤੋਂ ਸਾਡੇ ਕੋਲ ਆਏ ਨੇ। ਇਸ ਸੰਸਥਾ ਵੱਲੋਂ ਕੀ ਕੁਝ ਕੀਤਾ ਜਾਂਦਾ ਅਤੇ ਕਿਵੇਂ ਤੁਸੀਂ ਵੀ ਇਸਦਾ ਹਿੱਸਾ ਬਣ ਕੇ ਕੁਝ ਚੇਂਜ ਲਿਆ ਸਕਦੇ ਹੋ ਆਪਣੇ ਸ਼ਹਿਰ ਵਿੱਚ, ਔਰ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਆਏ ਹੋਏ ਮਹਿਮਾਨ ਕੈਰਨ ਬ੍ਰੀਟ ਸਿੱਧੂ ਜਿਹੜੇ ਕਿ ਐਗਜ਼ੀਕਿਊਟਿਵ ਡਾਇਰੈਕਟਰ ਨੇ ਅਤੇ ਨਾਲ ਹਨੀਤ ਜਿਹੜੇ ਕਿ ਉੱਥੇ ਵਾਲੰਟੀਅਰ ਵਜੋਂ ਕੰਮ ਕਰਦੇ ਨੇ। ਦੋਨਾਂ ਦਾ ਹੀ ਸਵਾਗਤ ਕਰਦੇ ਹਾਂ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਵੈਰੀ ਮੱਚ ਫਾਰ ਹੈਵਿੰਗ ਅਸ। ਥੈਂਕ ਯੂ, ਇਟਸ ਅ ਪਲੇਜ਼ਰ। ਸੋ ਇਟ ਸਟਾਰਟ ਆਫ ਵਿਦ ਯੂ ਕੈਰਨ, ਟੈਲ ਅਸ ਲਿਟਲ ਬਿਟ ਅਬਾਊਟ ਦਿਸ ਸੋਸਾਇਟੀ, ਵੈਨ ਡਿਡ ਇਟ ਸਟਾਰਟ ਐਂਡ ਵਾਟਸ ਦ ਬੇਸਿਕ ਪਰਪਸ ਆਫ ਦਿਸ ਸੋਸਾਇਟੀ। ਸੋ ਦਿਸ ਸੋਸਾਇਟੀ ਸਟਾਰਟਡ ਇਨ 1984 ਐਂਡ ਦ ਸੋਲ ਪਰਪਸ ਆਫ ਦਿਸ ਸੋਸਾਇਟੀ ਓਵਰ ਦ ਪਾਸਟ 30 ਇਅਰਸ ਵਾਸ ਟੂ ਵਰਕ ਵਿਦ ਆਰ ਕਮਿਊਨਿਟੀ ਪਾਰਟਨਰਸ ਲਾਈਕ ਦ ਆਰਸੀਐਮਪੀ, ਦ ਸਿਟੀ ਆਫ ਸੂਰੀ, ਟੂ ਮੇਕ ਅ ਡਿਫਰੈਂਸ ਐਂਡ ਐਨਹਾਂਸ ਕਮਿਊਨਿਟੀ ਸੇਫਟੀ। Since I took over 5 years ago, we rebranded all our programs from the terminology of crime prevention to more of a community safety focus. Okay. And it's more than just looking at the criminal activity in Surrey. It's more about being part of something positive. So, for example, we work with bylaws, the RCMP, transit police. We work with the City of Surrey, businesses, residences, BC Hydro, for example. Mm-hmm. So we are playing a significant role in the community. Over the past 3 years, our volunteers contributed 88,000 hours to the City of Surrey. Wow. 80% of my volunteers are multicultural. I would say that we have one of the strongest South Asian representations of youth in any organization in actually Canada that is supporting community safety. Wow, congratulations for Thank that. You. That's really commendable. Wonderful. ਸੋ ਹਨੀ, ਤੁਸੀਂ ਇੱਕ ਵਿਦਿਆਰਥੀ ਹੈਗੇ ਹੋ, ਤੁਹਾਨੂੰ ਇਸ ਸੰਸਥਾ ਬਾਰੇ ਕਿਵੇਂ ਪਤਾ ਲੱਗਾ ਅਤੇ ਕਿਉਂ ਤੁਸੀਂ ਇਸ ਨੂੰ ਹੀ ਜੁਆਇਨ ਕੀਤਾ ਜਦਕਿ ਹੋਰ ਬਹੁਤ ਸਾਰੀਆਂ ਸੁਸਾਇਟੀਜ਼ ਹੈਗੀਆਂ? ਹਾਂਜੀ, ਮੈਂ ਗਾਂ ਫਿਊਚਰ ਦੇ ਵਿੱਚ ਪੁਲਿਸ ਆਫਿਸਰ ਬਣਨਾ ਮੰਗਦੀ ਹਾਂ, ਨਾਲੇ ਮੈਨੂੰ ਲੱਗਦਾ ਸੀਗਾ ਵੀ ਇੱਥੇ ਜੁਆਇਨ ਕਰਕੇ ਕਮਿਊਨਿਟੀ ਦੀ ਹੈਲਪ ਕਰਨੀ ਆ। ਮੈਂ ਹੋਰ ਲੋਕਾਂ ਨੂੰ ਦੇ ਨਾਲ ਗੱਲ ਕਰਕੇ ਪੁੱਛਿਆ ਸੀਗਾ ਵੀ ਇਹ ਕੀ ਕਰਦੇ ਆ, ਨਾਲ ਫਿਰ ਜਦੋਂ ਮੈਂ ਜੁਆਇਨ ਕਰਕੇ ਪਤਾ ਲੱਗਿਆ ਵਾ ਵੀ ਇਹ ਸਿਰਫ ਵਾਲੰਟੀਅਰ ਪਰਪਸਿਸ ਲਈ ਨਹੀਂ, ਵੱਧ ਚੀਜ਼ਾਂ ਵਾ ਕਮਿਊਨਿਟੀ ਲਈ ਹੈਲਪ ਕਰਨੀ ਆ, ਲੋਕਾਂ ਨੂੰ ਐਜੂਕੇਟ ਕਰਨਾ, ਨਾਲੇ ਪੀਪਲ ਨੂੰ ਵੱਧ ਅਵੇਅਰ ਬਣਾਉਣਾ ਵਾ ਵੀ ਗਲਤ ਚੀਜ਼ਾਂ ਨਹੀਂ ਕਰਨੀਆਂ, ਨਾਲੇ ਜਦੋਂ ਅਸੀਂ ਕੁਛ ਦੇਖਦੇ ਹਾਂ ਫਿਰ ਉਹ ਰਿਪੋਰਟ ਕਰਦੇ ਹਾਂ, ਅਸੀਂ ਇੰਟਰੈਕਟ ਨਹੀਂ ਕਰਦੇ, ਅਸੀਂ ਸਿਰਫ ਆਬਜ਼ਰਵੇਸ਼ਨ ਕਰਦੇ ਨਾਲ ਰਿਪੋਰਟ ਕਰਦੇ ਹਾਂ। ਰਾਈਟ, ਸੋ ਤੁਸੀਂ ਕਰਦੇ ਕੀ ਹੋ ਬੇਸਿਕਲੀ, ਤੁਹਾਡਾ ਕੰਮ ਕੀ ਹੁੰਦਾ ਇਹਦੇ ਵਿੱਚ? ਹਾਂਜੀ, ਮੈਂ ਹੈ ਨਾ ਪਹਿਲਾਂ ਸ਼ੁਰੂ ਕੀਤਾ ਸੀਗਾ ਵਾਲੰਟੀਅਰ ਬਣ ਕੇ, ਹੁਣ ਮੈਂ ਸਟਾਫ ਮੈਂਬਰ ਹਾਂ। ਮੈਂ ਸਾਡੇ ਕੋਲ ਵਰਾਇਟੀ ਡਿਫਰੈਂਟ ਪ੍ਰੋਗਰਾਮਸ ਆ, ਫੁੱਟ ਟੂਰਸ ਆ, ਸਿਟੀਜ਼ਨਸ ਕਮਿਊਨਿਟੀ ਸੇਫਟੀ ਵਾਚ ਆ, ਟ੍ਰੈਫਿਕ ਸੇਫਟੀ ਆ। ਅਸੀਂ ਉਹਨਾਂ ਦੇ ਵਿੱਚੋਂ ਜਿਹੜੇ ਫੁੱਟ ਟੂਰਸ ਆ ਅਸੀਂ ਦਿਨ ਦੇ ਵਿੱਚ ਤੁਰਦੇ ਹੁੰਦੇ ਹਾਂ, ਨਾਲੇ ਜਦੋਂ ਕੁਛ ਸਸਪੈਸ਼ੀਅਸ ਦੱਸਦਾ ਹੁੰਦਾ ਵਾ ਫਿਰ ਅਸੀਂ ਉਹ ਦੱਸਦੇ ਆ ਪੁਲਿਸ ਨੂੰ ਰਿਪੋਰਟ ਕਰਦੇ ਹੁੰਦੇ ਹਾਂ। ਨਾਲੇ ਸਾਡੇ ਕੋਲ ਬੁੱਕਾਂ ਵੀ ਹੁੰਦੀਆਂ ਵਾ ਜਿਹੜੇ ਆਪਾਂ ਗੱਡੀਆਂ ਦੇ ਵਿੱਚ ਗੱਡੀਆਂ ਕੋਲ ਜਾਂਦੇ ਹਾਂ, ਉੱਥੇ ਲੋਕਆਊਟ ਆਟੋ ਕ੍ਰਾਈਮ ਆ LOACs, ਨਾਲੇ ਉਹਦੇ ਉੱਤੇ ਲਿਖਿਆ ਹੁੰਦਾ ਵਾ ਵੀ ਜੇ ਕੁਛ ਗੱਡੀ ਦੇ ਵਿੱਚ ਹੈਗਾ ਵਾ, ਜਿਵੇਂ ਕੁਛ ਗਲਤ ਕੁਛ ਦੱਸਦਾ ਵਾ ਵੀ ਕਿ ਕੋਈ ਜਣਾ ਆ ਕੇ ਚੋਰੀ ਕਰ ਲਵੇ ਜਾਂ ਗੱਡੀ ਭੰਨ ਦੇਵੇ, ਸੋ ਫਿਰ ਅਸੀਂ ਲੋਕਾਂ ਨੂੰ ਅਵੇਅਰ ਬਣਾਉਂਦੇ ਹਾਂ ਵੀ ਗੱਡੀ ਨੂੰ ਗੱਡੀ ਕਿਵੇਂ ਸੇਫ ਬਣਾਉਣੀ ਆ, ਮਤਲਬ ਸਮਾਨ ਨਜ਼ਰ ਨਾ ਆਵੇ, ਤੁਸੀਂ ਉੱਥੇ ਧਿਆਨ ਨਾਲ ਰੱਖੋ। ਹਾਂਜੀ, ਨਾਲੇ ਅਸੀਂ ਰਾਤ ਦਾ ਪ੍ਰੋਗਰਾਮ ਵੀ ਹੈਗਾ ਵਾ, ਉੱਥੇ ਅਸੀਂ ਡਰਾਈਵ ਕਰਕੇ ਜਾਂਦੇ ਹਾਂ ਜਦੋਂ ਸਾਨੂੰ ਕੋਈ ਜਣਾ ਦੱਸਦਾ ਹੁੰਦਾ ਵੀ ਸ਼ਰਾਬ ਪੀਤੀ ਹੁੰਦੀ ਆ, ਨਾਲੇ ਗੱਡੀ ਚਲਾਉਂਦੇ ਆ, ਫਿਰ ਅਸੀਂ ਪੁਲਿਸ ਨੂੰ ਫੋਨ ਕਰਦੇ ਹਾਂ, ਨਾਲੇ ਵਹੀਕਲ ਗੱਡੀ ਦੀ ਪਲੇਟ ਨੰਬਰ ਦੱਸਦੇ ਹਾਂ, ਉਹਨਾਂ ਨੂੰ ਸਾਰਾ ਕੁਛ ਇਨਫੋਰਮੇਸ਼ਨ ਦੱਸਦੇ ਹਾਂ। ਅਸੀਂ ਆਲਸੋ ਸਟੋਲ ਆਪਣੇ ਕੋਲ ਸਾਰਜ ਦਾ ਪ੍ਰੋਗਰਾਮ ਆ, ਸਟੋਲਨ ਆਟੋ ਰਿਕਵਰੀ ਦਾ ਪ੍ਰੋਗਰਾਮ ਆ, ਸੋ ਜਿਹੜੀਆਂ ਗੱਡੀਆਂ ਚੋਰੀ ਹੁੰਦੀ ਆ ਸਾਨੂੰ RCMP ਲਿਸਟ ਦੱਸਦੀ ਹੁੰਦੀ ਆ, ਸਾਡੇ ਕੋਲ ਫੋਨਸ ਆ, ਉੱਥੇ ਆਪਾਂ ਫੋਨਾਂ 'ਤੇ ਲਾਇਸੈਂਸ ਪਲੇਟ ਲਿਖਦੇ ਹੁੰਦੇ ਹਾਂ। So basically you are an extended eye and ear of the RCMP, if you may say that. And more than the RCMP, the bylaws. So if there's graffiti around, we actually have a program where we remove graffiti off the hydro poles. Okay. And also, in addition to that, we have a mentorship program for youth at risk. With everything that's going on in Surrey, we've decided that several years ago, that we were going to introduce a program where our amazing volunteers, who are mostly university students, many high school students as well, they are trained, the university students are trained to become mentors for youth at risk. Right.
And I can tell you that the success of that program is remarkable. Mm-hmm. To have a university student who maybe is from the South Asian community, to work with a youth who's from the South Asian community that doesn't have that sort of support, right. It's actually remarkable, the outcome of that partnership. Mm-hmm. And to this day, we still have some of those youth working with the mentors. Wow. And the mentors go out with the youth at risk. They put our jackets on. Nobody knows they're youth at risk. They're mm-hmm. part of a team. Right. They have a positive interaction with the RCMP or mm-hmm. with bylaws or the city or right. anybody. Mm-hmm. And it's a really great experience for them. And the testimonials have been remarkable. Well, it's remarkable because many times in our communities, we talk about lack of role models. But when mentors start mentoring those right. children at risk, you know, what difference it brings in their lives is really commendable. And there's a really great programs out there, but ours is very unique because we get them involved in the community. Right. That sense of civic pride right. is critical for somebody to move forward in their life. Great. 88,000 volunteer hours is a long period. It's a huge time commitment and service what has been given. Surrey is changing at a fast pace. You know, people from all different ethnicities are right. coming over here. With your 5 years of experience as the executive director of this organization, what are you finding out? How is this society playing its positive role, and what can give us some references or some examples also where just some input from your side brought about the change which the bylaw services or the RCMP could not have done on their own, basically? Well, one of the examples is the locking out auto crime, auto theft mm-hmm. from auto is really increasing. Mm-hmm. And raising awareness about not leaving something in your vehicle is critical. Right. If it's even a bottle, of an empty bottle, water bottle, they'll mm-hmm. take it. They'll break your window. Right. So what we do is we go to Scott Road Sky train station and we'll go back and do locking auto crime audits. So our volunteers are out there and maybe audit 500 vehicles. Mm-hmm. And then the next week we'll go back same time, same day to see if there's been a change in behavior. And that information is shared with the RCMP, the City of Surrey, ICBC. Right. In addition to that, traffic safety, we go to specific locations and that information is really shared with the RCMP. So if they see a real trend of increased speeding in a school zone or in a high-risk crash site, they'll actually look at maybe putting resources there for enforcement. Right. So those are the types of things we do. But I have to say that one of the most exciting things that we're about to launch is a program for grade 6 and 7s right. to help them understand what civic pride means. Great. Civic pride, that pride of your city, how to right. imbibe that, especially in a time when we talk about youngsters not at all being concerned about not even themselves, what about the society or the city? We'll learn about this more after this short break. Okay. But before that, before I let you go, Puneet, because we have to get Kishan Pal also on the show and he has to share his experience. ਤੁਸੀਂ ਕੀ ਕਹੋਗੇ ਕਿ ਕਿਉਂ ਬੱਚੇ ਇਸ ਸੰਸਥਾ ਵਿੱਚ ਆ ਕੇ ਵਲੰਟੀਅਰ ਵਜੋਂ ਕੰਮ ਕਰਨ, ਉਹਨਾਂ ਨੂੰ ਕੀ ਬੈਨੀਫਿਟ ਮਿਲੇਗਾ? ਆਈ ਥਿੰਕ ਵਲੰਟੀਅਰਾਂ ਨੂੰ ਜਦੋਂ ਨਿਆਣੇ ਆ ਕੇ ਇੱਥੇ ਜੁਆਇਨ ਕਰਦੇ ਆ, ਉਹਨਾਂ ਨੂੰ ਐਜੂਕੇਸ਼ਨ ਮਿਲਦਾ ਵਾ ਵੀ ਸਾਡੀ ਕਮਿਊਨਿਟੀ ਕਿਵੇਂ ਆ, ਨਾਲੇ ਕਮਿਊਨਿਟੀ ਸਾਰੀ ਇਕੱਠੀ ਕਿਵੇਂ ਆ, ਨਾਲੇ ਉਹਨਾਂ ਨੂੰ ਪਤਾ ਲੱਗਦਾ ਵਾ ਵੀ ਕਮਿਊਨਿਟੀ ਦੇ ਵਿੱਚ ਸਿਰਫ ਬੈਡ ਚੀਜ਼ਾਂ ਨਹੀਂ ਹੁੰਦੀਆਂ, ਚੰਗੀਆਂ ਚੀਜ਼ਾਂ ਵੀ ਹੁੰਦੀਆਂ. ਨਾਲੇ ਉਹ ਉਹਨਾਂ ਨੂੰ ਚਾਂਸ ਮਿਲਦਾ ਵਾ ਹੈਲਪ ਕਰਨ ਨੂੰ ਵੀ ਉਹਨਾਂ ਦੀ ਕਮਿਊਨਿਟੀ ਨੂੰ ਬੈਟਰ ਬਣਾਉਣ ਦੀ. ਰਾਈਟ. ਇਟ ਇਜ਼ ਅ ਪਲੇਜ਼ਰ ਟਾਕਿੰਗ ਟੂ ਯੂ ਪੁਨੀਤ. ਪੁਨੀਤ, ਥੈਂਕ ਯੂ ਵੈਰੀ ਮੱਚ. ਬ੍ਰੇਕ ਤੋਂ ਬਾਅਦ ਅਸੀਂ ਕਿਸ਼ਨ ਪਾਲ ਸਿੰਘ ਨੂੰ ਇੰਟਰੋਡਿਊਸ ਕਰਨਾ ਚਾਹਾਂਗੇ ਅਤੇ ਉਹਨਾਂ ਕੋਲੋਂ ਜਾਣਕਾਰੀ ਲਾਂਗੇ. ਥੈਂਕ ਯੂ ਐਂਡ ਬੈਸਟ ਵਿਸ਼ਸ. ਵੈਨਕੂਵਰ ਵਿੱਚ ਮਰੀਨ ਡਰਾਈਵ 'ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਇਟੀ, ਵੈਲਿਊ ਅਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ 'ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਅਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਅਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. ਸਰੀ ਕ੍ਰਾਈਮ ਪ੍ਰੀਵੈਂਸ਼ਨ ਸੁਸਾਇਟੀ ਤੋਂ ਆਏ ਹੋਏ ਸਾਡੇ ਮਹਿਮਾਨ ਕੈਰਨ ਰੀਡ ਸਿੱਧੂ ਅਤੇ ਇਸ ਤੋਂ ਪਹਿਲਾਂ ਹਨੀਤ ਨੇ ਜੋ ਗੱਲਾਂ ਬਾਤਾਂ ਕੀਤੀਆਂ, ਆ ਹੁਣ ਸ਼ਾਮਿਲ ਕਰਦੇ ਹਾਂ ਅਸੀਂ ਕਿਸ਼ਨਪਾਲ ਸਿੰਘ ਨੂੰ ਵੀ, ਜਿਹੜੇ ਕਿ ਇੱਥੇ ਐਜ਼ ਵਲੰਟੀਅਰ ਕੰਮ ਕਰਦੇ ਰਹੇ ਨੇ ਅਤੇ ਪਿਛਲੇ 10 ਮਹੀਨਿਆਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਨੇ। ਦੋਨਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਵਾਂਸ ਅਗੇਨ ਵੈਲਕਮ। ਥੈਂਕ ਯੂ। ਥੈਂਕ ਯੂ। ਸੋ ਯੂ ਆਰ ਟਾਕਿੰਗ ਅਬਾਊਟ ਬਿਫੋਰ ਦ ਬ੍ਰੇਕ ਅਬਾਊਟ ਸਿਵਿਕ ਪ੍ਰਾਈਡ, ਯੂ ਨੋ। ਰਾਈਟ। ਲਾਈਕ ਇਟਸ ਵੈਰੀ ਇੰਪੋਰਟੈਂਟ ਦੈਟ ਇਫ ਆਰ ਯੰਗਸਟਰਸ ਹੈਵ ਦੈਟ ਪ੍ਰਾਈਡ ਆਫ ਹੂ ਦੇ ਆਰ
to which city they belong, definitely results will be different. So is this a new program which you launch? It's a new program, and one area that we're looking at is targeting youth at risk, okay, who are coming up through the ranks to high school, as well as new Canadians. Right. Because if you think about new Canadians coming to Canada, that whole concept of civic pride and volunteering, mm-hmm, and being part of the community is a foreign concept, right, to many individuals who are coming new to Canada. So what we're trying to do is educate the students in grades 6 and 7 to be part of their community and take ownership, whether it's them playing on a sports team, whether it's going out for a walk with their parents and seeing garbage and maybe picking it up and putting it in the garbage, right, or being part of something positive like just going out and making a difference if their neighbor is a senior, doing something for the senior. Mm-hmm. Bringing that concept back is really important. I know the South Asian community, family is so important. We want to help them educate the youth that are coming up the ranks to really understand what that means. Wonderful. So Kishanpal, you have been joined for the past 10 months. What is your experience? ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੈਗੀਆਂ ਪਰ ਇਸ ਸੰਸਥਾ ਵਿੱਚ ਕੰਮ ਕਰਕੇ ਤੁਹਾਨੂੰ ਕੀ ਮਹਿਸੂਸ ਹੁੰਦਾ? ਮੈਨੂੰ 10 ਮਹੀਨੇ ਹੋ ਗਏ ਕਰਦੇ ਨੂੰ. ਸਟਾਰਟਿੰਗ 'ਚ ਮੈਂ ਦੇਖ ਰਿਹਾ ਸੀ ਕਿ ਮੈਂ ਕਿੱਥੇ ਵਾਲੰਟੀਅਰ ਕਰ ਸਕਦਾ, ਰਾਈਟ? ਐਂਡ ਮੈਂ ਫੁੱਲ ਟਾਈਮ ਕੰਮ ਵੀ ਕਰਦਾ ਡਿਊਰਿੰਗ ਡੇ ਟਾਈਮ ਐਂਡ ਆਈ ਗੋ ਟੂ ਸਕੂਲ ਫੁੱਲ ਟਾਈਮ. ਓਕੇ. ਤਾਂ ਫਿਰ ਮੈਨੂੰ ਸੀਗਾ ਕਿ ਮੇਰੇ ਕੋਲ ਦਿਨ ਤਾਂ ਸ਼ਾਮ ਨੂੰ ਟਾਈਮ ਨਹੀਂ ਸੀਗਾ, ਮਤਲਬ ਬਿਲਕੁਲ ਲਿਮਿਟਡ ਟਾਈਮ ਸੀਗਾ. ਬਟ ਸਰੀ ਕ੍ਰਾਈਮ ਪ੍ਰਿਵੈਂਸ਼ਨ ਇਹ ਆ ਕਿ ਦੇ ਆਫਰ ਡਿਫਰੈਂਟ ਟਾਈਪ ਆਫ ਪ੍ਰੋਗਰਾਮਸ, ਲਾਈਕ ਸਮ ਡਿਊਰਿੰਗ ਡੇ ਟਾਈਮ ਹੁੰਦਾ ਵਾ, ਵੀਕਐਂਡ 'ਤੇ ਵੀ ਹੁੰਦਾ ਵਾ, ਨਾਈਟ ਟਾਈਮ 'ਤੇ ਵੀ ਹੁੰਦਾ. ਸੋ ਯੂ ਰੀਅਲੀ ਗੈਟ ਦੈਟ ਫਲੈਕਸੀਬਿਲਿਟੀ ਕਿ ਤੁਸੀਂ ਕਦੇ ਵੀ ਵਾਲੰਟੀਅਰ ਕਰ ਸਕਦੇ ਜਦੋਂ ਤੁਹਾਡੇ ਕੋਲ ਟਾਈਮ ਆ. ਇਹਨਾਂ ਰੀਅਲੀ ਮੈਨੂੰ ਚਾਹੀਦਾ ਸੀਗਾ ਉਹ. ਤਾਂ ਫਿਰ ਮੈਂ ਜਿੱਦਾਂ ਸਰੀ ਕ੍ਰਾਈਮ ਨੂੰ ਜੁਆਇਨ ਕੀਤਾ ਐਂਡ ਦੈਨ ਬਹੁਤ ਵਧੀਆ ਹਲੇ ਤੱਕ ਹੋਇਆ ਕਿਉਂਕਿ ਇੱਕ ਤਾਂ ਤੁਸੀਂ ਵਾਲੰਟੀਅਰ ਕਰਦੇ ਆ, ਤੁਸੀਂ ਕਮਿਊਨਿਟੀ ਨੂੰ ਵਾਪਸ ਦੇ ਰਹੇ ਆ, ਤੁਸੀਂ ਕਮਿਊਨਿਟੀ ਲਈ ਕੁਛ ਕਰ ਰਹੇ ਆ, ਤੁਹਾਨੂੰ ਵਧੀਆ ਲੱਗਦਾ ਕਰਕੇ. ਔਨ ਟੋਪ ਆਫ ਦੈਟ ਜਦੋਂ ਤੁਸੀਂ ਹੋਰ ਲੋਕਾਂ ਨੂੰ ਮਿਲਦੇ ਆ, ਜਿੱਦਾਂ ਬਾਕੀ ਜਿੱਦਾਂ ਸਾਡੇ ਕੋਲ ਮੋਰ ਦੈਨ 300 ਵਾਲੰਟੀਅਰਸ ਆ, ਤਾਂ ਫਿਰ ਹਰ ਕੋਈ ਜਿੱਦਾਂ ਡਿਫਰੈਂਟ ਡਿਫਰੈਂਟ ਕਰਨਾ ਚਾਹੁੰਦਾ, ਕੋਈ ਲਾਈਫ 'ਚ ਕੁਛ ਕਰਨਾ ਚਾਹੁੰਦਾ, ਕੋਈ ਲਾਈਫ 'ਚ ਕੁਛ ਕਰਨਾ ਚਾਹੁੰਦਾ, ਫਿਰ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਉਹ ਆਪਣੀ ਲਾਈਫ 'ਚ ਕੀ ਕਰ ਰਹੇ ਆ, ਲਾਈਕ ਉਹ ਕਿਹੜੇ ਸਟੈਪ ਲੈ ਰਹੇ ਆ ਜਿਹੜੇ ਉਹਨਾਂ ਦੇ ਗੋਲ ਮੀਟ ਕਰਨ 'ਚ ਹੈਲਪ ਕਰੋਗੇ. ਸੋ ਤੁਹਾਨੂੰ ਤੁਸੀਂ ਕਿਸੇ ਨੂੰ ਇਨਫਲੂਐਂਸ ਵੀ ਕਰ ਸਕਦੇ ਆ, ਤੁਸੀਂ ਵੀ ਕਿਸੇ ਤੋਂ ਮੋਟੀਵੇਟ ਹੁੰਦੇ ਆ, ਅਤੇ ਜਿੱਦਾਂ ਟੁਗੈਦਰ ਵੀ ਆਲ ਗਰੋ. ਸੋ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਆਉਂਦੇ ਹੈਗੇ ਨੇ, ਤੁਸੀਂ ਕਿਹਾ ਜਿਸ ਤਰ੍ਹਾਂ ਤਕਰੀਬਨ 400 ਦੇ ਕਰੀਬ ਵਾਲੰਟੀਅਰਸ ਆਉਂਦੇ ਹੈਗੇ ਨੇ. ਸੋ ਏਜ ਗਰੁੱਪ ਸਭ ਦੀਆਂ ਵੱਖਰੀਆਂ ਹੁੰਦੀਆਂ, ਜਿਹੜੀਆਂ ਡਿਊਟੀਜ਼ ਐਲੋਕੇਟ ਹੁੰਦੀਆਂ ਨੇ ਅਕੋਰਡਿੰਗ ਟੂ ਤੁਹਾਡੀ ਮਰਜ਼ੀ ਵੀ ਹੁੰਦੀ ਕਿ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਜਾ ਕੇ ਗੱਡੀਆਂ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਗ੍ਰੈਫਿਟੀ ਰਿਮੂਵ ਕਰਨ ਵਿੱਚ ਆਪਣਾ ਰੋਲ, ਤੁਸੀਂ ਆਪਣਾ ਇੰਟਰਸਟ ਸ਼ੋਅ ਕਰਦੇ ਹੋ? ਤੁਸੀਂ ਇੰਟਰਸਟ ਸ਼ੋਅ ਕਰਦੇ ਆ, ਬਟ ਸਮ ਟਾਈਮ ਇਹ ਡਿਪੈਂਡ ਕਰਦਾ ਕਿ ਜਿੱਦਾਂ ਕਈ ਪ੍ਰੋਗਰਾਮ ਹੁੰਦੇ ਆ ਉਹਨਾਂ ਦਾ ਟਾਈਮ ਹੁੰਦਾ ਕਿ ਡਿਊਰਿੰਗ ਡੇ ਟਾਈਮ ਹੀ ਆ, ਜਿੱਦਾਂ 3 to 7 ਆ, ਪਰ ਤੁਹਾਡੀ ਟਾਈਮ ਕਮਿਟਮੈਂਟ ਜਿਹੜੇ ਤੁਹਾਡਾ ਟਾਈਮ ਅਵੇਲੇਬਲ ਹੁੰਦਾ ਉਹ ਕੋਈ ਹੋਰ ਹੁੰਦਾ. ਸੋ ਸਰੀ ਕ੍ਰਾਈਮ ਟਰਾਈ ਕਰਦਾ ਕਿ ਤੁਹਾਡੀ ਜੋ ਤੁਹਾਡਾ ਇੰਟਰਸਟ ਆ ਉਹਨੂੰ ਵੀ ਮੀਟ ਕੀਤਾ ਜਾਵੇ, ਤਾਂ ਐਟ ਦ ਸੇਮ ਟਾਈਮ ਕਿ ਤੁਸੀਂ ਕੁਛ ਘੰਟੇ ਲਾ ਵੀ ਸਕੋ, ਜਿੰਨਾ ਟਾਈਮ ਕਮਿਟ ਤੁਸੀਂ ਕਰ ਸਕੋ ਉਸ ਹਿਸਾਬ ਨਾਲ ਦਿੰਦੇ ਆ. ਬਟ ਜੇ ਤੁਸੀਂ ਇੰਟਰਸਟ ਆਪਣਾ ਸ਼ੋਅ ਕਰਦੇ ਆ ਤਾਂ ਦੈਨ ਦੇ ਟ੍ਰਾਈ ਦੇਅਰ ਬੈਸਟ. ਰਾਈਟ. ਸੋ ਵਿਦ ਯੋਰ ਐਕਸਪੀਰੀਅੰਸ 5 years ਬੀਇੰਗ ਦ ਐਗਜ਼ੀਕਟਿਵ ਡਾਇਰੈਕਟਰ ਆਫ ਦਿਸ ਆਰਗੇਨਾਈਜੇਸ਼ਨ, ਯੂ ਨੋ ਦੇਰ ਇਜ਼ ਅਨਦਰ ਵੰਡਰਫੁਲ ਪ੍ਰੋਗਰਾਮ ਕਾਲਡ ਲੀਪ ਵਰਕ ਐਕਸਪੀਰੀਅੰਸ ਪ੍ਰੋਗਰਾਮ. ਰਾਈਟ. ਟੈਲ ਅਸ ਅ ਲਿਟਲ ਮੋਰ ਅਬਾਊਟ ਦੈਟ. ਵਾਟ ਇਜ਼ ਦੈਟ? ਸੋ ਪਾਰਟ ਆਫ ਦ ਕਰਿਕੂਲਮ ਐਟ ਦ ਹਾਈ ਸਕੂਲਸ, ਦੇ ਹੈਵ ਟੂ ਹੈਵ ਹਾਈ ਸਕੂਲ ਸਟੂਡੈਂਟਸ ਹੈਵ ਟੂ ਹੈਵ ਵਰਕ ਐਕਸਪੀਰੀਅੰਸ. ਸੋ ਵੀ ਇੰਟਰੋਡਿਊਸਡ ਅ ਪ੍ਰੋਗਰਾਮ ਅਬਾਊਟ 4 years ago ਟੂ ਫਾਰਮਲਾਈਜ਼ ਦੈਟ ਪ੍ਰੋਸੈਸ. So we have the counselors sending students who have to do the hours for the work experience. Right. They get to experience our program in different areas. They are in the office or out in the field. Mm-hmm. And what that does, it gives them an idea of what it's like to be giving back to their community. Right. It's a great opportunity for us to recruit new volunteers as well. Mm-hmm. We are actively recruiting all the time volunteers. The majority of our volunteers who are participating in our programs want to go into some sort of role in public service. Right. Whether it's law enforcement, CBSA corrections, or whether they want to go to law school. Mm-hmm. It's really important for people to understand that it's not just individuals who want to go into policing. Right. It's social workers, nursing. So anybody that wants to volunteer and needs mm-hmm. the volunteer experience comes to us. Right. And we give them a great opportunity. This past weekend we had our volunteers attend an event. Excuse me, and we had recruiters from the Vancouver Police, CBSA, Corrections, we had Abbotsford Police, we had RCMP, we had Delta Police. Right. They were all there, and the general consensus from those recruiting officers were our volunteers are so well prepared and mm-hmm. so
unbelievably light years ahead of many other applicants. Right. So we encourage people, if they need the volunteer experience, come to us. Right. We're always recruiting. Right. So. And as you said, you know, now from grade 6 onwards, students can come and do volunteer work over there. No, we take volunteers at 16. Okay. The grade 6 and 7 program is specifically for the elementary okay. schools. Right. But we take volunteers at the age of 16. Right. And so what's the criteria? So they just come and apply to you? They can How go, can they contact you? So they go on our website at preventcrime.ca and right. there's an online application process. Mm-hmm. They must go through a criminal background check. Right. And if they have their driver's license, they have to go to ICBC to get the abstract. Okay. Then once they do that, they go through the interview process, they go through training. We set goals and they go on 3-month probation. Okay. You don't automatically stay on as a volunteer. You have to make sure that you are serious about this. Okay. We have a serious criteria that you have to fulfill your obligations. Right. With that though, we give back to them. We give them bike training, first aid training from the Surrey Fire Department. Right. We give them training on traffic control. Okay. We give them training on HR and how to write a resume, all these different opportunities. Mm-hmm. So it's everybody is giving back to each other, right? Wonderful. The other amazing thing is the volunteers that I have do become employees. Right. So one of all my volunteers, so I have 12 staff. Okay. Only one was never a volunteer before. Oh, everybody wow. else was a volunteer before. Well, that's wonderful, you know, like you're getting practical experience and apart from that you can also get a job. And also I just want to say one more thing, yeah. sorry, that I've had staff leave. So we've had 3 individuals go to Vancouver Police. Right. We've had members going to the RCMP. Okay. Corrections, CBSA. So they're leaving on a good note and okay. they're going to their dream careers. Well, that's wonderful. It was a pleasure talking to you. Thank you and best wishes. And we are sure that with the commitment what you have and the passion what you have for the society, you're doing wonders and you'll further do wonders. And finally, it's a great opportunity for the youngsters. They can come and you know, get some practical right. hands-on experience. So thank you and best wishes. Thank you. Pleasure. Thank you. ਸਾਰੀਆਂ ਏਅਰਲਾਈਨਸ ਦੀਆਂ ਟਿਕਟਸ ਤੇ ਬਿਹਤਰੀਨ ਕਸਟਮਰ ਸਰਵਿਸ ਲਈ ਮਸ਼ਹੂਰ ਹੈ ਸਪ੍ਰਿੰਗ ਟ੍ਰੈਵਲਸ। ਇੰਡੀਆ, ਪਾਕਿਸਤਾਨ ਜਾਂ ਕਿਸੇ ਵੀ ਮੁਲਕ ਦੀਆਂ ਟਿਕਟਸ ਤੁਸੀਂ ਇੱਥੋਂ ਵਾਜਬ ਕੀਮਤਾਂ ਤੇ ਲੈ ਸਕਦੇ ਹੋ। ਪੈਕੇਜ ਟੂਰਸ, ਕਰੂਜ਼ਸ, ਗਰੁੱਪ ਟ੍ਰੈਵਲਸ, ਹਨੀਮੂਨ ਪੈਕੇਜਸ ਲਈ ਸਪੈਸ਼ਲ ਪ੍ਰਾਈਸਸ ਆਫਰ ਕਰਦੇ ਹਨ। ਹੁਣ ਆਨਲਾਈਨ ਟਿਕਟਸ ਵੀ springtravels.ca ਤੇ ਜਾ ਕੇ ਬੁੱਕ ਕਰਵਾ ਸਕਦੇ ਹੋ। ਸਰੀ ਤੇ ਐਬਟਸਫੋਰਡ ਵਿੱਚ ਇਹਨਾਂ ਦੇ ਦਫ਼ਤਰਾਂ ਵਿੱਚ ਆ ਕੇ ਅਜ਼ਮਾ ਕੇ ਵੇਖੋ। ਯੂ ਵਿਲ ਫੀਲ ਦ ਡਿਫਰੈਂਸ। ਸਰੀ ਆਫਿਸ 604-501-4040, ਐਬਟਸਫੋਰਡ ਆਫਿਸ 604-556-4000। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਹਮੇਸ਼ਾ ਹੀ ਇਨਸਾਨ ਫਿਊਚਰ ਬਾਰੇ ਉਤਾਵਲਾ ਰਹਿੰਦਾ ਹੈ ਅਤੇ ਪਾਸਟ ਨੂੰ ਰਿਗਰੈਟ ਕਰਦਾ ਰਹਿੰਦਾ ਹੈ, ਜਦਕਿ ਹਕੀਕਤ ਇਹ ਕਿ ਇਹ ਸਮਾਂ ਜਿਸ ਦੇ ਵਿੱਚ ਹੁਣ ਅਸੀਂ ਰਹਿ ਰਹੇ ਹਾਂ ਇਹ ਦੁਬਾਰਾ ਨਹੀਂ ਆਉਣਾ, ਇਹ ਕਦੀ ਫਿਊਚਰ ਹੋ ਜਾਏਗਾ, ਫਿਊਚਰ ਸੀ ਜਾਂ ਇਹ ਪਾਸਟ ਵਿੱਚ ਚਲ ਜਾਏਗਾ। ਪਰ ਕੀ ਕਾਰਨ ਹੈ ਕਿ ਸਾਡਾ ਮਾਇੰਡ ਫੋਕਸ ਨਹੀਂ ਕਰ ਸਕਦਾ ਅਤੇ ਹਮੇਸ਼ਾ ਹੀ ਅਸੀਂ ਆਉਣ ਵਾਲੀਆਂ ਚੀਜ਼ਾਂ ਬਾਰੇ ਚਿੰਤਿਤ ਰਹਿੰਦੇ ਹਾਂ ਅਤੇ ਪਾਸਟ ਨੂੰ ਰਿਗਰੈਟ ਕਰਦੇ ਰਹਿੰਦੇ ਹਾਂ? ਕਿਵੇਂ ਆਪਣੇ ਮਾਇੰਡ ਨੂੰ ਕੰਟਰੋਲ ਕਰਕੇ ਅਸੀਂ ਪ੍ਰੈਜ਼ੈਂਟ ਮੂਮੈਂਟ ਦਾ ਲਾਭ ਉਠਾ ਸਕਦੇ ਹਾਂ? ਆਓ ਇਸ ਬਾਰੇ ਚਰਚਾ ਕੁਝ ਕਰਦੇ ਹਾਂ ਡਿੰਪਲ ਰਿਆਤ ਨਾਲ। ਡਿੰਪਲ ਜੀ, ਜੀ ਆਇਆਂ, ਵੈਲਕਮ। ਥੈਂਕ ਯੂ ਹਰਪ੍ਰੀਤ ਜੀ। ਪ੍ਰੈਜ਼ੈਂਟ ਦੀ ਬੜੀ ਇੰਪੋਰਟੈਂਸ ਹੈਗੀ ਹੈ, ਪਰ ਇਹ ਪ੍ਰੈਜ਼ੈਂਟ ਨੂੰ ਅਸੀਂ ਸੰਭਾਲਦੇ ਨਹੀਂ, ਅਸੀਂ ਆਉਣ ਵਾਲੇ ਸਮੇਂ ਬਾਰੇ ਚਿੰਤਤ ਹੈਗੇ ਹਾਂ ਅਤੇ ਜੋ ਪਿੱਛੇ ਚਲੇ ਗਿਆ ਅਸੀਂ ਰਿਗਰੈਟ ਕਰਦੇ ਰਹਿੰਦੇ ਹਾਂ ਜੀ। ਕੀ ਕਾਰਨ ਹੈ ਅਤੇ ਕਿਉਂ ਇੰਪੋਰਟੈਂਟ ਹੈ ਇਹ ਗੱਲ ਕਿ ਸਾਨੂੰ ਸਮਝ ਆ ਜਾਏ ਕਿ ਜਿਹੜਾ ਪ੍ਰੈਜ਼ੈਂਟ ਮੂਮੈਂਟ ਹੈ ਇਹੀ ਮੂਮੈਂਟ ਹੈ, ਇਸ ਦੇ ਵਿੱਚ ਜੇ ਅਸੀਂ ਜੀਣਾ ਸਿੱਖ ਲਈਏ ਤਾਂ ਸਾਡਾ ਜੀਵਨ ਜਿਹੜਾ ਉਹ ਸਵਰਗ ਬਣ ਸਕਦਾ ਹੈ? ਐਬਸੋਲੂਟਲੀ। And I think ਇਹ ਵੱਡਾ ਕਾਰਨ ਹੈਗਾ ਕਿਉਂਕਿ ਵੀ ਡੋਂਟ ਹੈਵ ਐਕੂਰੇਟ ਇਨਫੋਰਮੇਸ਼ਨ, ਐਕੂਰੇਟ ਇਨਫੋਰਮੇਸ਼ਨ ਆਫ ਮਾਈ ਟਰੂ ਐਗਜ਼ਿਸਟੈਂਸ, ਆਫ ਹੂ ਆਈ ਐਮ। ਆਈ ਮੀਨ ਵੀ ਸੇ ਦੈਟ ਆਈ ਵੀ ਆਰ ਹਿਊਮਨ ਬੀਇੰਗਸ, ਵੀ ਓਨਲੀ ਆਰ ਰਿਮੇਨਿੰਗ ਵਿਦ, ਵੀ ਓਨਲੀ ਕਨੈਕਟਿੰਗ ਵਿਦ ਦ ਹਿਊਮਨ ਪਾਰਟ ਆਫ ਆਰ ਸੈਲਵਸ, ਨੋਟ ਦ ਬੀਇੰਗ ਪਾਰਟ ਆਫ ਆਰ ਸੈਲਵਸ। ਬਿਕੋਜ਼ ਦ ਹਿਊਮਨ ਪਾਰਟ ਜੇ ਅਸੀਂ ਦੇਖਦੇ ਹਾਂ, ਇਹਨੂੰ ਕਹਿੰਦੇ ਕਿ ਪੰਜ ਤੱਤਵਾਂ ਦਾ ਜਿਹੜਾ ਬਣਿਆ ਨਾ ਸਰੀਰ, ਜਿਹੜਾ ਕਿ ਸਾਨੂੰ ਇੱਥੇ ਮਿਲਿਆ ਆ ਔਰ ਇੱਥੇ ਹੀ ਰਹਿ ਜਾਣਾ, ਕਿਉਂਕਿ ਜਦੋਂ ਕਹਿੰਦੇ ਕਿ ਆਤਮਾ ਨਿਕਲ ਚਲੀ ਜਾਂਦੀ ਆ, ਆਤਮਾ ਚਲੀ ਜਾਂਦੀ ਆ ਪਰ ਜਿਹੜਾ ਸਰੀਰ ਉਹ ਰਹਿ ਜਾਂਦਾ ਆ, ਰਾਈਟ? ਔਰ ਸਰੀਰ ਨੂੰ ਜਾਲ ਲਿਆ ਵੀ ਜਾਂਦਾ ਹੈ, ਜਿਉਂਦੇ ਹੋਏ ਅਸੀਂ ਨੂੰ ਜੋ ਵੀ ਕਰਦੇ ਹਾਂ ਅਸੀਂ ਉਹਦੀ ਦਰਦ ਪੇਨ ਮਹਿਸੂਸ ਕਰ ਸਕਦੇ ਹਾਂ, ਪਰ ਉਹੀ ਜਦੋਂ ਆਤਮਾ ਚਲੇ ਜਾਂਦੀ ਆ, ਦੈਨ ਵੀ ਡੋਂਟ ਈਵਨ ਕੇਅਰ ਦੈਟ ਇਟਸ ਬਰਨਟ ਐਂਡ ਇਟਸ ਗੋਨ ਵੇਅਰ ਇਟ ਕੇਮ ਫਰੋਮ। ਸੋ ਜਿਹੜਾ ਬੀਇੰਗ ਹੈਗਾ ਆ, ਜਿਹਨੂੰ ਅਸੀਂ ਕਹਿੰਦੇ ਕਿ ਚਲੇ ਜਾਂਦੀ ਆ, ਉਹ ਕਿੱਥੇ ਜਾਂਦੀ ਆ? ਵਟ ਹੈਪਨਸ ਟੂ ਦੈਟ ਬੀਇੰਗ, ਦ ਸੋਲ, ਜਿਹੜੀ ਕਿ ਈਵਨ ਵੀ ਹੈਵ ਹਰਡ, ਸਾਡੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਆ ਕਿ ਆਤਮਾ ਅਜਰ ਅਮਰ
ਔਰ ਇਹਨੂੰ ਕੋਈ ਨਾ ਤਾਂ ਮਾਰ ਸਕਦਾ ਆ ਨਾ ਤਾਂ ਇਹਨੂੰ ਕੋਈ ਡਿਸਟਰੋਏ ਕਰ ਸਕਦਾ ਇਟਸ ਆਲਵੇਜ਼ ਐਵਰ ਇਮੋਰਟਲ ਹਾਂ ਸੋ ਆਈ ਥਿੰਕ ਜਦੋਂ ਅਸੀਂ ਉਸ ਬੀਂਗ ਦੇ ਨਾਲ ਆਪਣੇ ਆਪ ਨਾਲ ਕਨੈਕਟ ਕਰਦੇ ਹਾਂ ਫਿਰ ਅਹਿਸਾਸ ਹੁੰਦਾ ਆ ਕਿ ਜ਼ਿੰਦਗੀ ਦੇ ਵਿੱਚ ਸਹੀ ਗੱਲ ਹੈ ਕਿ ਪਿੱਛੇ ਨਾ ਤਾਂ ਪਾਸਟ ਔਰ ਨਾ ਫਿਊਚਰ ਤੋਂ ਸਿਵਾਏ ਵੀ ਹੈਵ ਨਥਿੰਗ ਐਲਸ ਬਟ ਦਿਸ ਮੂਮੈਂਟ ਰਾਈਟ ਹੀਅਰ ਐਂਡ ਰਾਈਟ ਨਾਓ ਬਿਕੋਜ਼ ਇਹੀ ਸਾਡੇ ਕੋਲ ਇਹ ਸਮਾਂ ਹੈਗਾ ਆ ਸਾਡਾ ਪ੍ਰੈਜੈਂਟ ਹੈਗਾ ਆ ਜਿਹਦਾ ਸਾਡੇ 'ਤੇ ਸਾਡੇ ਕੋਲ ਕੰਟਰੋਲ ਹੈਗਾ ਆ ਔਰ ਇਹੀ ਜਿਹੜਾ ਸਮਾਂ ਹੁਣ ਨਾਓ ਹੈਗਾ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਇਹਨੇ ਫਿਊਚਰ ਅੱਗੇ ਬਣਨਾ ਆ ਔਰ ਇਹੀ ਜਿਹੜਾ ਅਸੀਂ ਕਰ ਚੁੱਕੇ ਹਾਂ ਇਹ ਪਾਸਟ ਬਣ ਗਿਆ ਸੋ ਇਹਦਾ ਮਤਲਬ ਕਿ ਸਾਡੇ ਕੋਲ ਇਹੀ ਸਮਾਂ ਹੈਗਾ ਆ ਜਿਹਦੇ ਨਾਲ ਅਸੀਂ ਆਪਣਾ ਫਿਊਚਰ ਕ੍ਰੀਏਟ ਕਰਦੇ ਹਾਂ ਔਰ ਉਹੀ ਫਿਊਚਰ ਜਿਹੜਾ ਸਾਡਾ ਪਾਸਟ ਬਣ ਜਾਂਦਾ ਸੋ ਇਟਸ ਅ ਸਾਈਕਲ ਇਟਸ ਅ ਫੁੱਲ ਸਾਈਕਲ ਜਿਹੜਾ ਵੀ ਟਰੈਵਲ ਥਰੂ ਐਂਡ ਬਟ ਵੀ ਓਨਲੀ ਡੂ ਇਟ ਇਨ ਦਿਸ ਮੂਮੈਂਟ ਰਾਈਟ ਹੀਅਰ ਐਂਡ ਰਾਈਟ ਨਾਓ ਰਾਈਟ ਰਾਈਟ ਸੋ ਬੇਸਿਕਲੀ ਤੁਹਾਡਾ ਕਹਿਣ ਦਾ ਮਤਲਬ ਕਿ ਵੀ ਅਸੀਂ ਆਪ ਆਪਣੀ ਡੈਸਟੀਨੀ ਦੇ ਕ੍ਰੀਏਟ ਰਹਿ ਗਏ ਹਾਂ ਅਤੇ ਉਹ ਅਸੀਂ ਤਦ ਬਣਾਂਗੇ ਜੇਕਰ ਜੋ ਪ੍ਰੈਜੈਂਟ ਮੂਮੈਂਟ ਹੈ ਉਸ ਦੇ ਵਿੱਚ ਅਸੀਂ ਉਸਨੂੰ ਸਵਾਰ ਲਈਏ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ ਉਸਨੂੰ ਮੁੱਖ ਰੱਖ ਕੇ ਅਸੀਂ ਜੋ ਕੰਮ ਕਰਾਂਗੇ ਉਹਦਾ ਫਿਊਚਰ ਦੇ ਵਿੱਚ ਸਾਨੂੰ ਉਹਦਾ ਜੋ ਵੀ ਰਿਜ਼ਲਟ ਹੈ ਉਹ ਮਿਲੇਗਾ ਐਬਸੋਲੂਟਲੀ ਪਰ ਉਹਦੇ ਨਾਲ ਨਾਲ ਅਸੀਂ ਅਗੇਨ ਜੇ ਅਸੀਂ ਡੈਸਟੀਨੀ ਦੇ ਕ੍ਰੀਏਟਰ ਹੈਗੇ ਹਾਂ ਆਪਣੀ ਅਸੀਂ ਕਿਸਮਤ ਆਪ ਬਣਾ ਸਕਦੇ ਹੈਗੇ ਹਾਂ ਜੋ ਵੀ ਚਾਹੁੰਦੇ ਹਾਂ ਉਸ ਪਾਸੇ ਨੂੰ ਜਾ ਸਕਦੇ ਹਾਂ ਪਰ ਫਿਰ ਵੀ ਇਨਸਾਨ ਜਿਹੜਾ ਹੈਗਾ ਉਹ ਚਿੰਤਾਵਾਂ 'ਚ ਫਸਿਆ ਪਿਆ ਕਿ ਆਉਣ ਵਾਲੇ ਸਮੇਂ 'ਚ ਉਸ ਨਾਲ ਕੀ ਹੋ ਜਾਏਗਾ ਕਿਉਂ ਹੋਏਗਾ ਮੈਂ ਹੀ ਕਿਉਂ ਇਹ ਜਿਹੜੀ ਸੋਚ ਹੈਗੀ ਹੈ ਇਹ ਹਮੇਸ਼ਾ ਸਾਨੂੰ ਤੰਗ ਕਰਦੀ ਰਹਿੰਦੀ ਹੈ ਸੋ ਇਹਦੇ ਮੁਤਾਬਕ ਸਾਨੂੰ ਦੱਸੋ ਕਿ ਇਹ ਕਿਵੇਂ ਸੋਚ ਵਿੱਚ ਪਰਿਵਰਤਨ ਆਵੇ ਕਿ ਜਿਹੜਾ ਪ੍ਰੈਜੈਂਟ ਮੂਮੈਂਟ ਹੀ ਹੈ ਇਸ ਨੂੰ ਅਸੀਂ ਜਦੋਂ ਸਵਾਰਨ ਦੀ ਗੱਲ ਕਰਦੇ ਹਾਂ ਕਿਵੇਂ ਸਾਡੇ ਐਕਸ਼ਨਸ ਰਾਹੀਂ ਕਿਵੇਂ ਸਾਡੀ ਥੋਟ ਵਿੱਚ ਉਹ ਚੇਂਜਸ ਆਵੇ ਜਿਹਦੇ ਨਾਲ ਕਿ ਅਸੀਂ ਪ੍ਰੈਜੈਂਟ ਮੂਮੈਂਟ ਨੂੰ ਸੰਭਾਲ ਕੇ ਆਪਣੇ ਆਪ ਹੀ ਆਪਣਾ ਫਿਊਚਰ ਜਿਹੜਾ ਹੈ ਉਹਨੂੰ ਸਵਾਰ ਲਈਏ ਜੀ I think again, Harpreet ji comes with that deeper sense of understanding mm-hmm. and deeper sense of knowledge that ki assi life or death de jehde cycle de vich pa jande ha na ohi just put your body aside but realize the being of you or who you are because you never die right yeah and neither so je tusi kadi marde nahi so tusi paida zinda kidda hovenge you're always here you're always revolving right so if you know that aspect then knowing that what you are planting right now eventually it's gonna grow and then odes phal lagange right or phal khan de liye bhi tusi utthe hona ya ji so just under having that understanding I think it's very very important kyunki je tusi oh nahi samjhoge then how are you gonna fertilize how are you gonna feed the soul no right. let me give you a perfect example I think kehte na my youngest daughter ji she is always late from school okay because she's very easygoing and whatnot so just that understanding of being to school on time how important is it so before of course as if I didn't have this knowledge I would be one of those frantic parents you know getting mad at her why aren't you on time you should be on time and you have to understand the importance of you know being on time and whatnot so but now because I understand her because I know this is one of the sanskar a deep ingrained sanskar that she's brought with her Ji. That I need to help and guide her to move towards it so now I don't get mad at her so Ji. When has actually pichle hafte di gal hai I was asking her Gudiya if you compare yourself with the tree Ji. And right now your life how do you feel and where do you feel that you are she go mommy what do you mean ji I go well look at the tree has it always been big this big like this she right. go no of course not mm-hmm. I go exactly so how do you think that tree became a big tree like that ji she go of course started from the seed and then of course holy the branches holy holy grow hoya ji so I go so now if you were to compare your life with that tree where do you think you are right now She goes, well, I have been planted and now I am sprouting. So I'm at the maybe stage of sprouting. Ji. So I go, what kind of a tree would you like to sit under? Ji. A tree that is strong, stable at the core. It doesn't matter, jovi, tufan, neri, ave, but it's still strong and the roots are very, very deep down, Ji. Right? Or the weak kind that you know,
you know, hawa de chonke, and then now it's going to just demolish. Ji. So what kind of tree would you like to sit under? Mm. So then I asked her, that what are the daily things that you need to do and you need to implement in your life to make it strong, Ji. Right? Because hajita young hai na. Bilkul. So meaning to say, the whole reason of me sharing this is that when we implement daily routines in our life, Bilkul. In our present, is when we have the control of our life and our destiny. Bilkul. Right? Bilkul. So, asi jira sada ehe samaya, asi enu bot lightly lendaya. But asi ehe samirde ke jira ehe sada samaya, e sato jada kintia, because ehe samaya jithe asi apni habits no change kar sagdaya, asi ode li kuchi apni apnu kuchi banan de lay, jo asi kalo ke paid das pandra sala to jira vada hona nu fal lagna, ode steps asi hun right here and right now he la sagdaya. Past the which ni, or knife. Future ਦੇ ਵਿੱਚ ਬਿਲਕੁਲ ਜੀ ਨਹੀਂ ਤਾਂ ਫਿਰ ਰਿਗਰੈਟਸ ਹੀ ਰਹਿ ਜਾਣਗੇ ਕਿ ਵੀ ਅਸੀਂ ਇਹ ਕਿਉਂ ਨਹੀਂ ਕੀਤਾ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਸ਼ੁੱਡ ਵੁੱਡੀ ਹੋ ਜਾਂਦੀ ਹੈ ਚੀਜ਼ਾਂ ਜਦਕਿ ਹਕੀਕਤ ਇਹ ਹੈਗੀ ਕਿ ਮਸਟ ਇਹ ਚੀਜ਼ਾਂ ਜਿਹੜੀਆਂ ਬਣਾਉਣ ਵਾਸਤੇ ਤੁਹਾਨੂੰ ਹੁਣ ਤੋਂ ਹੀ ਇਨੀਸ਼ੀਏਟਿਵ ਲੈਣਾ ਪਏਗਾ ਐਬਸੋਲੂਟਲੀ ਸੋ ਹੁਣ ਉਹੀ ਗੱਲ ਆ ਗਈ ਕਿ ਇਹ ਪ੍ਰੈਜ਼ੈਂਟ ਵਰਤਮਾਨ ਸਮਾਂ ਜੋ ਹੈਗਾ ਇਸ ਦੀ ਹੀ ਇੰਪੋਰਟੈਂਸ ਕਿਉਂਕਿ ਇਹੀ ਵਰਤਮਾਨ ਸਮਾਂ ਕੁਝ ਸਮੇਂ ਪਹਿਲਾਂ ਇਹ ਫਿਊਚਰ ਸੀ ਅਤੇ ਕੁਝ ਦੇਰ ਬਾਅਦ ਇਹ ਪਾਸਟ ਵਿੱਚ ਚਲੇ ਜਾਏਗਾ ਪਰ ਵਰਤਮਾਨ ਸਮੇਂ ਦੇ ਵਿੱਚ ਉਸਦੀ ਮਹੱਤਤਾ ਅਸੀਂ ਸਮਝ ਨਹੀਂ ਸਕਦੇ ਅਗੇਨ ਤੁਸੀਂ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਆਪਣੇ ਬੱਚੇ ਨੂੰ ਜਿਹਦੇ ਨਾਲ ਕਿ ਉਹਦੇ ਮਨ ਵਿੱਚ ਇਹ ਗੱਲ ਬੈਠੀ ਕਿ ਹੁਣ ਜੋ ਇਨੀਸ਼ੀਏਟਿਵ ਲੈ ਸਕਦੀ ਹੋ ਉਸ ਨਾਲ ਹੀ ਉਹ ਫਰਦਰ ਜਿਹੜਾ ਹੈਗਾ ਉਹ ਇੱਕ ਪੇੜ ਵਾਂਗੂ ਸਟਰੋਂਗ ਬਣ ਸਕਦੀ ਹੈ ਇਸੇ ਤਰੀਕੇ ਨਾਲ ਅਸੀਂ ਵੀ ਜੇਕਰ ਆਪਣੇ ਜੀਵਨ ਦੇ ਵਿੱਚ ਇਹ ਚੇਂਜਸ ਲੈ ਆਈਏ ਤਾਂ ਡੈਫੀਨੇਟਲੀ ਸਾਡਾ ਜਿਹੜਾ ਪ੍ਰੈਜੈਂਟ ਮੂਮੈਂਟ ਹੈ ਇਸ ਨੂੰ ਅਸੀਂ ਸੈਲੀਬ੍ਰੇਟ ਕਰ ਸਕਦੇ ਹਾਂ ਇਸ ਦੀ ਅਸੀਂ ਮਹੱਤਤਾ ਸਮਝ ਕੇ ਕੁਝ ਨਾ ਕੁਝ ਆਪਣੇ ਵਾਸਤੇ ਬੈਟਰਮੈਂਟ ਕਰ ਸਕਦੇ ਹਾਂ ਤੁਹਾਡਾ ਧੰਨਵਾਦ ਇੱਥੇ ਆ ਕੇ ਇਸ ਵਿਸ਼ੇ 'ਤੇ ਗੱਲਬਾਤ ਕਰਨੀ ਥੈਂਕ ਯੂ ਫੋਰ ਯੋਰ ਟਾਈਮ ਥੈਂਕ ਯੂ ਹੈਪੀ ਜੀ